ਦੋਸਤੋ ਭਾਰਤ ਦੇ ਜੰਮੂ ਕਸ਼ਮੀਰ ਰਾਜ ਵਿੱਚ ਅੱਜ ਤੋਂ 24 ਸਾਲ ਪਹਿਲਾਂ ਵਾਪਰਿਆ ਸੀ ਇੱਕ ਇਤਿਹਾਸ ਦਾ ਸਭ ਤੋਂ ਵੱਡਾ ਸਿੱਖਾਂ ਦਾ ਕਤਲੇਆਮ ਜੋ ਜੰਮੂ ਕਸ਼ਮੀਰ ਦੇ ਅਨੰਤਨਾਗ ਜਿਨੇ ਦੇ ਚਿੱਟੀ ਸਿੰਘਪੁਰਾ ਵਿੱਚ ਵਾਪਰਿਆ ਸੀ ਜਿਸ ਵਿੱਚ 35 ਤੋਂ ਵੱਧ ਸਿੱਖਾਂ ਨੂੰ 20 ਮਾਰਚ ਸਾਲ 2000 ਵਾਲੇ ਦਿਨ ਚਿੱਟੀ ਸਿੰਘਪੁਰਾ ਦੇ ਗੁਰਦੁਆਰੇ ਸਾਹਿਬ ਦੇ ਸਾਹਮਣੇ ਲਾਈਨਾਂ ਵਿੱਚ ਖੜਾ ਕੇ ਗੋਲੀਆਂ ਨਾਲ ਭੁੰਡ ਦਿੱਤਾ ਗਿਆ ਸੀ ਦਿੱਲੀ ਸਿੰਘਪੁਰਾ ਪਿੰਡ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਨਗਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਸਾਇਆ ਗਿਆ ਸੀ ਜਿੱਥੇ ਇਹ ਸਿੱਖਾਂ ਦਾ ਇੰਨਾ ਵੱਡਾ ਕਤਲੇਆਮ ਹੋਇਆ ਇਹ ਖੌਫਨਾਕ ਕਾਰਾ ਕਿਸ ਸੰਗਠਨ ਵੱਲੋਂ ਕੀਤਾ ਗਿਆ ਜਾਂ ਫਿਰ ਪਾਕਿਸਤਾਨ ਦੀਆਂ ਏਜੰਸੀਆਂ ਵੱਲੋਂ ਕੀਤਾ ਗਿਆ ਕਿਉਂ ਇੱਕੋ ਦਿਨ 3 ਦਰਜਣ ਦੇ ਕਰੀਬ ਸਿੱਖਾਂ ਨੂੰ ਇੰਨੀ ਬੇਰਹਿਮ ਮੌਤ ਦਿੱਤੀ ਗਈ ਕਿਉਂ ਇਹ ਸਾਰੀ ਵਾਰਦਾਤ ਅੱਜ ਤੱਕ ਇੱਕ ਅੜ ਸੁਲਝਿਆ ਰਾਸ ਬੜੀ ਹੋਈ ਹੈ ਕਿਉਂ ਜਾਂਚ ਏਜੰਸੀਆਂ ਇਸ ਕਤਲਿਆਂ ਦੀ ਪੂਰੀ ਤਹਿ ਤੱਕ ਨਹੀਂ ਪਹੁੰਚ ਸਕੀਆਂ ਇਹਨਾਂ ਸਾਰੇ ਸਵਾਲਾਂ ਬਾਰੇ ਜਦੀ ਇਸ ਵੀਡੀਓ ਵਿੱਚ ਖੁਲਾਸੇ ਕਰਾਂਗੇ ਜਿਸ ਬਾਰੇ ਸੁਣ ਕੇ ਤੁਹਾਡੇ ਵੀ ਰੋਗਟੇ ਖੜੇ ਹੋ ਜਾਣਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਦੁਨੀਆਂ ਦਾ ਇਹ ਪੁਰਾਣਾ ਦਸਤੂਰ ਹੈ ਕਿ ਘੱਟ-ਘੱਟੀਆਂ ਤੇ ਨਾਲ ਬਹੁਤ ਗਿਣਤੀਆਂ ਦੇ ਹਮੇਸ਼ਾ ਤੋਂ ਹੀ ੱੱਕੇ ਕੀਤੇ ਹਨ ਇੱਕੋ ਜਿਹੇ ਦੰਬੋ ਕਸ਼ਮੀਰ ਵਿੱਚ ਵੀ ਹੋਦਾ ਰਿਹਾ ਏ ਜਿੱਥੇ ਸਿੱਖਾਂ ਤੋਂ ਵੀ ਕਸ਼ਮੀਰ ਛੱਡਰਦੀਆਂ ਸਵੇ ਸਵੇ ਤੇ ਧਮਕੀਆਂ ਮਿਲਦੀਆਂ ਰਹੀਆਂ ਹਨ ਪੰਜਾਬ ਵਿੱਚੋਂ ਕਾਰਕੁਵਾਰੀ ਦੀ ਲਹਿਰ ਅਜੇ ਦਵੀ ਦਵੀ ਹੀ ਖਤਮ ਹੋਈ ਸੀ ਕਿ ਜਦੋਂ 20 ਮਾਰਚ ਸਾਲ 2000 ਵਾਲਾ ਦਿਨ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਬਿਨ ਕਲਿੰਟਰ ਫੇਰੀ ਤੇ ਭਾਰਤ ਆਇਆ ਹੋਇਆ ਸੀ 21 ਮਾਰਚ ਵਾਲੇ ਦਿਨ ਬਿਲ ਕਲਿੰਟਰ ਤੇ ਭਾਰਤ ਪਹੁੰਚਦਾ ਸੀ ਪਰ ਉਸ ਤੋਂ ਇੱਕ ਦਿਨ ਪਹਿਲਾਂ ਜੱਬੂ ਕੁਸ਼ਬੀਰ ਦੇ ਵਿੱਚ ਦਰਦੋਸ਼ ਸਿੱਖਾ ਦਾ ਇੱਕ ਵੱਡਾ ਕਤਲਿਆ ਬੋਧਾ ਹੈ ਪਰ ਇਹ ਕਤਲਿਆ ਕਿਸ ਨੇ ਕੀਤਾ ਅਤੇ ਕਿਉਂ ਕੀਤਾ ਅਤੇ ਕਿਸ ਦੇ ਇਸ਼ਾਰੇ ਤੇ ਕਰਵਾਇਆ ਗਿਆ ਇਹ ਸਵਾਲ ਅੱਜ ਤੱਕ ਵੀ 24 ਸਾਲਾਂ ਬਾਅਦ ਹੋਵੇ ਦਾ ਹੋਵੇ ਹੀ ਬਰਕਰਾਰ ਖੜਾ ਹੈ ਸੀਬੀਆਈ ਨੇ ਵੀ ਇਸ ਬਾਬਲੇ ਵਿੱਚ ਜਾਂਚ ਕੀਤੀ ਹੋਰ ਵੀ ਬਹੁਤ ਸਾਰੀਆਂ ਜਾਂਚ ਏਜੰਸੀਆਂ ਕਰੀਬ 15-20 ਸਾਲਾਂ ਤੱਕ ਇਸ ਮਸਲੇ ਦੀ ਜਾਂਚ ਕਰਦੀਆਂ ਰਹੀਆਂ ਪਰ ਕੋਈ ਵੀ ਜਾਂਚ ਸਿਰੇ ਨਹੀਂ ਚੜੀ ਵੀ ਮਾਰਚ ਦਾ ਉਹ ਦਿਨ ਸਵੇਰ ਕਰੀਬ 7:30 ਵਜੇ ਜਦੋਂ ਜੰਮੂ ਕਸ਼ਮੀਰ ਵਿੱਚ ਵੀ ਸਿਆਲ ਉਦੋਂ ਲਗਭਗ ਖਤਮ ਹੋ ਚੁੱਕਾ ਸੀ ਪਰ ਫਿਰ ਵੀ ਪਹਾੜੀ ਏਰੀਆ ਹੋੜ ਕਰਕੇ ਸ਼ਾਮ ਨੂੰ ਕਾਫੀ ਠੰਡ ਹੁੰਦੀ ਸੀ ਪਿੰਡ ਚਿੱਟੀ ਸਿੰਘਪੁਰਾ ਜਿੱਥੋਂ ਦੇ ਜ਼ਿਆਦਾਤਰ ਵਸਨੀਕ ਸਿੱਖ ਪਰਿਵਾਰ ਹੀ ਸਨ ਅਤੇ ਸਿੱਖ ਸ਼ਾਮ ਨੂੰ ਆਪਣੇ ਕਬਾ ਕਾਜਾਂ ਤੋਂ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਸਨ ਸ਼ਾਮ ਦੇ ਵੇਲੇ ਕਾਫੀ ਪਿੰਡ ਵਿੱਚ ਚਹਿਲ ਪਹਿਲ ਸੀ ਇਸੇ ਦਰੜਾ ਹੁੰਦਾ ਕਿ ਇਹ ਕਿ 10 ਤੋਂ 15 ਦੇ ਕਰੀਬ ਹਥਿਆਰਬਦ ਲੋਕ ਜਿਹੜਾ ਨੇ ਫੌਜ ਦੇ ਕੱਪੜੇ ਪਾਏ ਹੋਏ ਸਰ ਸਾਰਿਆਂ ਦੇ ਚਿਹਰੇ ਕੱਪੜੇ ਨਾਲ ਢਕੇ ਹੋਏ ਸਰ ਉਹਨਾਂ ਦਿਨਾਂ ਵਿੱਚ ਭਾਰਤੀ ਫੌਜ ਵੀ ਜੰਮੂ ਕਸ਼ਮੀਰ ਦੇ ਪਿੰਡਾਂ ਵਿੱਚ ਰੋਜ਼ ਬਰਾ ਵਾਗ ਹਰੇਕ ਸ਼ਾਮ ਵੇਲੇ ਉਹਨਾਂ ਦਿਨਾਂ ਵਿੱਚ ਆਪਣੀ ਇੱਕ ਡ੍ਰਿਲ ਕਰਿਆ ਕਰਦੀ ਸੀ ਇਹਦਾ ਹਥਿਆਰਬਦ ਲੋਕਾਂ ਨੂੰ ਵੇਖ ਕੇ ਸਿੰਘਪੁਰਾ ਪਿੰਡ ਵਾਸੀਆਂ ਦੇ ਵੀ ਪਹਿਲਾਂ ਇਹੀ ਸੋਚਿਆ ਕਿ ਕਿਤੇ ਭਾਰਤੀ ਫੌਜ ਹੀ ਆਪਣੀ ਰੋਜ਼ ਬਰਾ ਦੀ ਡ੍ਰਿਲ ਕਰ ਰਹੀ ਹੈ ਪਾਰੇ ਹਥਿਆਰਬੰਦ ਦੈਸ਼ਤ ਗਰਦਾ ਨੇ ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਲਾਇਦਾ ਵਿੱਚ ਦੋ ਗਰੁੱਪਾਂ ਵਿੱਚ ਵੜ ਕੇ ਖਿਲਾਰ ਲਿਆ ਉਸ ਵਕਤ ਚਿੱਟੀ ਸਿੰਘਪੁਰਾ ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ ਵਜੂਦ ਸਨ ਇੱਕ ਗੁਰਦੁਆਰਾ ਸਿੰਘ ਸਭਾ ਤੇ ਦੂਸਰਾ ਬਹਾਲਾ ਸ਼ਕੀਰ ਦਾ ਦੋਹਾਂ ਗੁਰਦੁਆਰਿਆਂ ਦੀ ਆਪਸ ਵਿੱਚ ਕਰੀਬ 150 ਮੀਟਰ ਦੀ ਦੂਰੀ ਸੀ ਹਥਿਆਰਬੰਦ ਦੈਸ਼ਤ ਗੁਰਦ ਵੀ ਦੋ ਗੁੱਟਾਂ ਵਿੱਚ ਵਡੇ ਜਾਂਦੇ ਹਨ ਤੇ ਉਹ ਇੱਕ ਪਾਸੇ 19 ਸਿੱਖ ਨੌਜਵਾਨ ਜਿੰਦਾ ਵਿੱਚ 15 ਤੋਂ ਲੈ ਕੇ 60 ਸਾਲ ਦੇ ਸਿੱਖ ਚਾਵਲ ਸਰ ਇਹਦਾ ਉੱਧਿਆ ਨੂੰ ਇੱਕ ਗੁਰਦੁਆਰੇ ਕੋਲ ਖਿਲਾਰ ਲਿਆ ਜਾਂਦਾ ਹੈ ਜਦਕਿ ਦੂਜੀ ਹੋਰ 17 ਸਿੱਖਾਂ ਦੇ ਇੱਕ 그룹 ਨੂੰ ਦੂਸਰੇ ਗੁਰਦੁਆਰੇ ਦੇ ਕੋਲ ਖਿਲਾਰ ਲਿਆ ਜਾਂਦਾ ਹੈ ਦੋਹਾਂ ਗਰੁੱਪਾਂ ਨੂੰ ਦੋਹਾਂ ਅਲੱਗ-ਲੱਗ ਗੁਰਦੁਆਰਿਆਂ ਕੋਲ ਉਹਨਾਂ ਦੇ ਸਾਹਮਣੇ ਲਾਇਆ ਜਾਂਦਾ ਹੈ ਪਿੰਡ ਵਾਲੇ ਤਾਂ ਅਜੇ ਵੀ ਇਹੀ ਸਮਝੇ ਬੈਠੇ ਸਨ ਕਿ ਸ਼ਾਇਦ ਭਾਰਤੀ ਫੌਜ ਹੀ ਰੋਜ਼ਬਰਾਂ ਦੀ ਡ੍ਰਿਲ ਕਰ ਰਹੀ ਹੈ ਸ਼ਾਇਦ ਉਹਟਾ ਦੇ ਅੱਜ ਵੀ ਸ੍ਰਾਖਤੀ ਕਾਰਡ ਚੈੱਕ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਘਰ ਭੇਜ ਦਿੱਤਾ ਜਾਵੇਗਾ ਪਰ ਇਹਨਾਂ ਹਥਿਆਰਬੰਦ ਗਰੁੱਪਾਂ ਵੱਲੋਂ ਸਿਰਫ ਲੋਕਾਂ ਦੇ ਦਾਅ ਬਤੇ ਉਹਦਾਦੂ ਧਰਮ ਪੁੱਛਿਆ ਜਾਂਦਾ ਹੈ ਕਿ ਸਾਰੇ ਦੇ ਸਾਰੇ ਸਿੱਖ ਹੀ ਉਹਦਾ ਵੱਲੋਂ ਲੈਨ ਵਿੱਚ ਖਿਲਾਰੇ ਗਏ ਸਰ ਇਸ ਤੋਂ ਬਾਅਦ ਪਹਿਲਾ ਹਵਾ ਦੇ ਵਿੱਚ ਫਾਇਰਿੰਗ ਹੋਦੀ ਹੈ ਇੱਕ ਗੁਰਦੁਆਰੇ ਦੇ ਗੇਟ ਵਿੱਚ ਹੁੰਦੀ ਸਿੱਖ ਬੱਦੀ ਬਣਾਏ ਹੋਏ ਸਰ ਤੇ ਦੂਜੇ ਗੁਰਦੁਆਰੇ ਵਿੱਚ 17 ਦੇ ਆਸ-ਪਾਸ ਸਿੱਖ ਰੋਜਵਾਰਤ ਸਰ ਉਹ ਉਧਰ ਸਬਾ ਵਿੱਚ ਪੌਣੇ ਅੱਠ ਦਾ ਕਰੀਬ ਹੋ ਗਿਆ ਸੀ ਤੇ ਹੜੇਰਾ ਵੀ ਕਾਫੀ ਹੋ ਗਿਆ ਸੀ ਹਬਾਬੇ ਤੇ ਦੋ ਤਿਆਰ ਫਾਇਰ ਕਰਨ ਤੋਂ ਬਾਅਦ ਇਹਨਾਂ ਹਥਿਆਰਬੰਦ ਬੰਦਿਆਂ ਵੱਲੋਂ ਆਪਣੀਆਂ ਬੰਦੂਕਾਂ ਦੇ ਮੂੰਹ ਇਹਨਾਂ ਸਿੱਖਾਂ ਵੱਲ ਕਰ ਦਿੱਤੇ ਜਾਂਦੇ ਆਂ ਅੰਨੇ ਵਾਂ ਇਹਨਾਂ 36 ਸਿੱਖਾਂ ਉਤੇ ਗੋਲੀਆਂ ਚਲਾਈਆਂ ਜਾਂਦੀਆਂ ਤੇ ਸਾਰੇ ਦੇ ਸਾਰੇ ਸਿੱਖਾਂ ਨੂੰ ਹੀ ਗੋਲੀਆਂ ਨਾਲ ਪੁੱਟ ਦਿੱਤਾ ਜਾਂਦਾ ਹਯਾਰ ਦਿੱਤਾ ਦਾ ਵਿੱਚ ਉਸ ਦੇ ਗੋਲੀਆਂ ਇਹਨਾਂ ਦਹਿਸ਼ਤਗਰਦਾ ਵੱਲੋਂ ਚੜਾਈਆਂ ਗਈਆਂ ਸਰ ਇਸ ਪੂਰੇ ਕਤਲਿਆਂ ਵਿੱਚ ਇੱਕੋ ਹੀ ਸਿੱਖ ਜਿਸ ਦਾ ਨਾਮ ਹੈ ਡਾੜਕ ਸਿੰਘ ਕਿਸੇ ਤਰੀਕੇ ਬਚਦਾ ਹੈ ਤੇ ਉਹੀ ਇੱਕ ਚਸ਼ਮਦੀਦ ਇਸ ਕਤਲਿਆਵ ਦਾ ਇਕਲੌਤਾ ਗਵਾਹ ਹੁੰਦਾ ਜੋ ਬਾਅਦ ਵਿੱਚ ਸਾਰੀਆਂ ਜਾਂਚ ਏਜੰਸੀਆਂ ਨੂੰ ਦੱਸਦਾ ਕਿ ਜਦੋਂ ਗੋਲੀਆਂ ਚੱਲੀਆਂ ਦਿਸ ਵਿੱਚ ਉਸਦਾ ਪੁੱਤਰ ਭਰਾ ਚਾਚੇ ਤਾਏ ਸਭ ਮਾਰੇ ਗਏ ਗੋਲੀਆਂ ਚੱਲਣ ਤੇ ਹੀ ਉਹ ਉਸਦੇ ਵੀ ਮਰਦਾ ਡਾਕ ਕੀਤਾ ਤੇ ਉਹ ਭੀੜ ਦੇ ਢਾਲ ਉਹਨਾਂ ਭਰੇ ਹੋਏ ਲੋਕਾਂ ਦੇ ਵਿੱਚ ਹੀ ਡਿੱਗ ਪਿਆ ਲਾਸ਼ਾ ਨੂੰ ਫੇਰ ਦੁਬਾਰਾ ਤੋਂ ਗੋਲੀਆਂ ਵਾਰਿਆ ਜਾਂਦੀਆਂ ਤਾਂ ਜੋ ਕੋਈ ਵੀ ਜਵਾਬ ਨਾ ਬਾਈ ਸਕੇ ਇਹ ਗੋਲੀਆਂ ਇਕਲੌਤੇ ਬਚੇ ਡਾਰਕ ਸਿੰਘ ਦੇ ਪੈਰ ਅਤੇ ਪੱਟਾ ਵਿੱਚ ਵੱਜਦੀਆਂ ਹਨ ਇਸ ਤੋਂ ਬਾਅਦ ਇਹਨਾਂ ਦਹਿਸ਼ਤਗਰਦਾਂ ਵੱਲੋਂ ਡਾਰੇਬਾਜੀ ਕਰਦਿਆਂ ਪਿੰਡ ਵਿੱਚੋਂ ਨਿਕਲਿਆ ਜਾਂਦਾ ਹੈ ਪਿੰਡ ਵਿੱਚ ਸਿਰਫ ਔਰਤਾਂ ਅਤੇ ਬੱਚੇ ਹੀ ਜਿਉਦੇ ਉਸ ਦਿਨ ਬੱਚੇ ਸਨ ਜਦੋਂ ਉਹ ਇਸ ਕਤਲੇਆਮ ਨੂੰ ਦੇਖਦੇ ਤਾਂ ਅਸਬਾਰ ਵੀ ਉਹਨਾਂ ਦੀਆਂ ਚੀਕਾਂ ਨਾਲ ਫਟਣ ਤੇ ਆ ਜਾਂਦਾ ਐਡਾ ਕਹਿਰ ਉਸ ਦਿਨ ਚਿੱਟੀ ਸਿੰਘਪੁਰਾ ਦੇ ਸਿਖਾਂ ਤੇ ਹੁੰਦਾ ਹੈ ਦੋਵੇਂ ਗੁਰਦੁਆਰਿਆਂ ਵਿੱਚ ਲਹੂ ਦੇ ਪਰਦਾਲੇ ਵਗ ਤੁਰਦੇ ਐ ਸਰਫੋਂ 7 ਕਿਲੋਮੀਟਰ ਦੂਰ ਹੀ ਉੱਥੋਂ ਦਾ ਪੁਲਿਸ ਸਟੇਸ਼ਨ ਸੀ ਫਿਰ ਬਾਅਦ ਵਿੱਚ ਪੁਲਿਸ ਅਤੇ ਫੌਜ ਉੱਥੇ ਪਹੁੰਚਦੀ ਹੈ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੱਡੇ ਕਤਲਿਆਂਵਾ ਵਿੱਚੋਂ ਇਸ ਨੂੰ ਇੱਕ ਮੰਨਿਆ ਜਾਂਦਾ ਹੈ ਇਸ ਤੋਂ ਬਾਅਦ 25 ਮਾਰਚ ਨੂੰ ਹੀ ਫੌਜ ਵੱਲੋਂ ਅੰਦਤਨਾਗ ਜਿਲ੍ਹੇ ਦੇ ਇੱਕ ਹੋਰ ਪਿੰਡ ਪੱਥਰੀ ਬਾਲੂ ਘੇਰਿਆ ਜਾਂਦਾ ਹੈ ਤੇ ਤਲਾਸ਼ੀ ਕਰਕੇ ਪੱਜ دہشت ਗਰਦਾਂ ਦਾ ਰੰਬਾਰ ਬਕਾਇਆ ਜਾਂਦਾ ਹੈ ਫੌਜ ਵੱਲੋਂ ਇਸ ਤੇ ਬਿਆਨ ਦਿੱਤਾ ਜਾਂਦਾ ਹੈ ਕਿ ਇਹ ਪੱਜ ਉਹੀ دہشت ਗਰਦਾਂ ਜੇਦਾਰੇ ਚਿੱਟੀ ਸਿੰਘਪੁਰਾ ਪਿੰਦੇ ਦੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਉਸ ਵਕਤ ਜੰਮੂ ਕਸ਼ਮੀਰ ਦਾ ਮੁਖਵਤੀ ਫਾਰੂਕ ਅਬਦੁੱਲਾ ਸੀ ਜੋ ਪਹਿਲਾਂ ਆਪ ਜਾਂਚ ਕਰਦਾ ਤੇ ਫਿਰ ਇਸ ਪੂਰੀ ਕਤਲੋਗਾਰਥ ਦੀ ਜਾਂਚ ਦੀ ਜ਼ਿੰਮੇਵਾਰੀ ਸੀਬੀਆਈ ਨੂੰ ਸੌਂਪ ਦਿੱਤੀ ਜਾਂਦੀ ਹੈ ਕੁਝ ਦਿਨਾਂ ਬਾਅਦ ਜੰਮੂ ਕਸ਼ਮੀਰ ਦੀ ਪੁਲਿਸ ਵੀ ਕੁਝ ਐਨਕਾਊਂਟਰ ਕਰਦੀ ਹੈ ਜਿਸ ਵੇਲੇ ਪੁਲਿਸ ਵੱਲੋਂ ਵੀ ਇਹੀ ਬਿਆਨ ਦਿੱਤਾ ਜਾਂਦਾ ਕਿ ਬਾ ਐਨਕਾਊਂਟਰ ਵਿੱਚ ਮਾਰੇ ਗਏ ਲੋਕ ਵੀ ਚਿੱਟੀ ਸਿੰਘਪੁਰਾ ਕਤਲੇਆਮ ਵਿੱਚ ਸ਼ਾਮਲ ਸਰ ਇਸ ਤੋਂ ਬਾਅਦ सीबीआई ਇਸ ਕੇਸ ਦੀ ਪੂਰੀ ਜਾਂਚ ਕਰਦੀ ਹੈ। ਕਰੀਬ 10-11 ਸਾਲਾਂ ਤੱਕ सीबीआई ਵੱਲੋਂ ਇਸ ਪੂਰੇ ਕਤਲਕਾਂਡ ਦੀ ਜਾਂਚ ਕੀਤੀ ਜਾਂਦੀ ਹੈ ਤੇ 11 ਸਾਲਾਂ ਬਾਅਦ सीबीआई ਇਸ ਕੇਸ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰਦੀ ਹੈ। ਅਦਾਲਤ ਦੇ ਵਿੱਚ ਇੱਕ ਤੋਂ ਬਾਅਦ ਇੱਕ ਕੁਝ ਤਰੀਕਾ ਪਈਦੀਆਂ ਜਿਸ ਤੋਂ ਕੁਝ ਸਬਾ ਬਾਅਦ ਹੌਲੀ-ਹੌਲੀ ਇਹ ਪੂਰਾ ਮਾਮਲਾ ਠੱਡੇ ਬਸਤੇ ਵਿੱਚ ਚਲਿਆ ਗਿਆ। ਕਾਫੀ ਸਾਲਾਂ ਬਾਅਦ ਇੱਕ ਹੱਤਿਆਵਦੀ ਫੜਿਆ ਗਿਆ ਸੀ ਜੰਮੂ ਵਿੱਚੋਂ। ਜਸਰ ਇਸ ਪੂਰੀ ਘਟਨਾ ਦਾ ਕبول ਦਾਬਾ ਕੀਤਾ ਸੀ ਕਿ ਇੱਕ ਅਤਵਾਦੀ ਸੰਗਠਨ ਵੱਲੋਂ ਇਸ ਘਟਨਾ ਰੋੜਜਾਬ ਦਿੱਤਾ ਗਿਆ ਸੀ ਪਰ ਇਹ ਸਾਰਾ ਕਤਲਿਆਬ ਕਿਸਦੇ ਇਸ਼ਾਰੇ ਤੇ ਹੋਇਆ ਇਹ ਚੀਜ਼ ਕਦੇ ਵੀ ਅੱਜ ਤੱਕ ਬਾਹਰ ਨਹੀਂ ਆ ਸਕੀ ਤੇ ਚਿੱਟੀ ਸਿੰਘ ਪੁਰਾ ਦੀਆਂ ਉਹ ਔਰਤਾਂ ਤੇ ਛੋਟੇ ਬੱਚੇ ਜੋ ਹੁਣ ਕਾਫੀ ਵੱਡੇ ਹੋ ਚੁੱਕੇ ਹਨ ਉਹ ਅਜੇ ਵੀ ਇਨਸਾਫ ਦੀ ਉਡੀਕ ਵਿੱਚ ਹਨ ਸਭੇ ਸਭੇ ਉੱਤੇ ਕਈ ਸਿੱਖ ਜਥੇਬੰਦੀਆਂ ਸਰੋਵੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਸਲੇ ਦੀ ਜਾਂਚ ਦੀ ਬਾਗ ਉਠਾਈ ਜਾਂਦੀ ਹੈ ਜਬ ਉਹ ਕਸ਼ਮੀਰ ਵਿੱਚ ਵੀ ਉਸ ਤੋਂ ਬਾਅਦ ਕਈ ਸਰਕਾਰਾਂ ਆਈਆਂ ਕਈ ਗਈਆਂ ਤੇ ਕਈ ਬੁਖਵਤਰੀ ਬਦਲੀ ਪਰ ਇਹ ਕਤਲਿਆਬ ਦਾ ਇਨਸਾਫ ਅਜੇ ਤੱਕ ਸਿਰੇ ਨਹੀਂ ਚੜ੍ਹ ਸਕਿਆ ਸੋ ਇਹ ਸੀ ਕਹਾਣੀ 24 ਸਾਲ ਪਹਿਲਾਂ ਵਾਪਰੇ ਚਿੱਟੀ ਸਿੰਘ ਪੁਰਾ ਕਤਲਿਆਬ ਦੀ ਜਿਸ ਵਿੱਚ 35 ਸਿਕਾੜੇ ਆਪਣੀ ਜਾਨ ਗਵਾਈ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੁਬਦੀ ਆਪਣੇ ਵਿਚਾਰ ਕਮੇਟਾ ਵਿੱਚ ਜ਼ਰੂਰ ਸਾਂਝੇ ਕਰਿਓ